ਸਤਿ ਸ੍ਰੀ ਅਕਾਲ ਤੁਸੀਂ ਲੋਕ ਰਾਣ ਚੈਨਲ ਪੰਜਾਬੀ ਦੇਖ ਰਹੇ ਹੋ ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਸਵਾਲ ਸਭ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਚ ਮਚੇ ਘਮਾਸਾਨ ਨੂੰ ਲੈ ਕੇ ਦਿੱਲੀ ਦੇ ਤੱਕ ਜਿਹੜੀਆਂ ਸ਼ਿਕਾਇਤਾਂ ਪਹੁੰਚੀਆਂ, ਦਿੱਲੀ ਚ ਸਾਰੀਆਂ ਰਿਪੋਰਟਾਂ ਪਹੁੰਚੀਆਂ ਹਾਈਕਮਾਂਡ ਦੇ ਕੋਲ ਕਿ ਆਖਿਰਕਾਰ ਕਾਂਗਰਸ ਦੇ ਵਿੱਚ ਚੱਲ ਕੀ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡੈਡਲਾਈਨ ਦਿੱਤੀ ਗਈ ਹੈ, ਜਾਂ ਏਦਾਂ ਕਹਿ ਲਓ ਕਿ ਸਥਿਤੀ ਇਹੋ ਜਿਹੀ ਹੈ ਕਿ ਕਰੋ ਜਾਂ ਮਰੋ ਵਾਲੇ ਹਾਲਾਤ ਨੇ। ਉਸ ਉੱਤੇ ਗੱਲਬਾਤ ਕਰਾਂਗੇ। ਬੜਾ ਕੁਝ ਇਹੋ ਜਿਹਾ ਜਿਹੜਾ ਹਰੀਸ਼ ਰਾਵਤ ਕੁਮਾਰ ਨੇ ਹੋਣਾ ਨੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਲੀਅਰ ਕੀਤਾ, ਬਹੁਤ ਕੁਝ ਇਹੋ ਜਿਹਾ ਜਿਹੜਾ ਕਲੀਅਰ ਹੋਣ ਵਾਲਾ। ਪ੍ਰਤਾਪ ਸਿੰਘ ਬਾਜਵਾ ਹੁਣੀ ਵੀ ਗਏ ਉੱਥੇ, ਮਨਪ੍ਰੀਤ ਸਿੰਘ ਬਾਦਲ ਗਏ, ਸੁਨੀਲ ਕੁਮਾਰ ਜਾਖੜ ਗਏ, ਬੜਾ ਕੁਝ ਇਹੋ ਜਿਹਾ। ਨਵਜੋਤ ਸਿੰਘ ਸਿੱਧੂ ਇੱਥੇ ਬੈਠੇ ਸਾਰਾ ਕੁਝ ਦੇਖ ਰਹੇ ਨੇ ਕੀ ਕੁਝ ਵਾਪਰ ਰਿਹਾ, ਪੰਜਾਬ ਦੇ ਲੋਕ ਵੀ ਦੇਖ ਰਹੇ ਨੇ। ਇੱਕ ਦੋ ਹੋਰ ਖਬਰਾਂ ਨਾਲ ਜਿਹੜੀਆਂ ਖਬਰਾਂ ਟੋਪਦੀਆਂ ਦੇ ਵਿੱਚ ਅਸੀਂ ਵਿਚਾਰਾਂਗੇ, ਕਿਸਾਨੀ ਨਾਲ ਜਾਂ ਬੀਜੇਪੀ ਕੀ ਕੁਝ ਕਰ ਰਹੀ ਹੈ ਇਸ ਸਭ ਦੇ ਵਿਚਾਲੇ, ਉਸ ਉੱਤੇ ਵੀ ਗੱਲਬਾਤ ਹੋਏਗੀ। ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਲੋਕ ਰਾਜ ਚੈਨਲ ਪੰਜਾਬੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਸੁਖਵਿੰਦਰ ਜੀ ਤੁਹਾਡਾ। ਪਰਮਿੰਦਰ ਜੀ ਕਿੱਦਾਂ ਦੇਖਦੇ ਹੋ ਹਾਈਕਮਾਂਡ ਦੇ ਨਾਲ ਗੱਲਬਾਤ? ਕੈਪਟਨ ਸਾਹਿਬ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਹੁਣਾਂ ਨੂੰ ਤਾਂ ਮਿਲੇ ਨਹੀਂ, ਕਮੇਟੀ ਅੱਗੇ ਪੇਸ਼ ਹੋਏ, ਹਰੀਸ਼ ਰਾਵਤ ਨੇ ਕਾਫੀ ਹੱਦ ਤੱਕ ਮੇਰੇ ਖਿਆਲ ਦੇ ਵਿੱਚ ਬਹੁਤ ਕੁਝ ਕਲੀਅਰ ਕਰ ਦਿੱਤਾ, ਪਰ ਬਹੁਤ ਕੁਝ ਇਹੋ ਜਿਹਾ ਜਿਹਦੇ ਬਾਰੇ ਸਵਾਲ ਅੱਜ ਵੀ ਖੜੇ ਨੇ। ਦੇਖੋ, ਹਰੀਸ਼ ਰਾਵਤ ਦਾ ਜਿਹੜਾ ਪ੍ਰੈਸ ਬਿਆਨ ਹੈ ਜਿਹੜਾ ਪ੍ਰੈਸ ਚ ਦਿੱਤਾ ਉਹਨਾਂ ਨੇ ਆ ਕੇ ਬਾਹਰ ਆ ਕੇ, ਤਾਂ ਉਹ ਕਾਫੀ ਹੈ ਕਹਿ ਲਓ ਕਿ ਅਹਿਮ ਮੰਨਿਆ ਜਾ ਰਿਹਾ ਹੈ ਸਿਆਸੀ ਸਫਾ ਦੇ ਵਿੱਚ, ਖਾਸ ਕਰ ਜਦੋਂ ਸਿੱਧੂ ਦੇ ਦਾ ਕੈਪਟਨ ਅਮਰਿੰਦਰ ਸਿੰਘ ਦਾ ਰੌਲਾ ਚੱਲ ਰਿਹਾ, ਕਾਂਗਰਸ ਦਾ ਆਪਸੀ ਟਕਰਾਅ ਚੱਲ ਰਿਹਾ ਹੈ, ਜਿੱਥੇ ਲਗਾਤਾਰ ਦਿੱਲੀ ਦੇ ਵਿੱਚ ਪੇਸ਼ੀਆਂ ਪੈ ਰਹੀਆਂ ਨੇ ਕਿ ਵੱਡਾ ਕੀ ਛੋਟਾ ਉੱਥੇ ਬੁਲਾਇਆ ਜਾ ਰਿਹਾ, ਹਾਈਕਮਾਂਡ ਆਪਣਾ ਜਿੱਦਾਂ ਸੋਲਵ ਕਰਨ ਦੇ ਮੂਡ 'ਚ ਹੈ, ਪਰ ਤਣ ਪੱਤਣ ਨਹੀਂ ਲੱਗ ਪਾ ਰਹੀ ਗੱਲ। ਐਂ ਕਹਿ ਲਓ ਕਿ ਜਿੱਦਾਂ ਕੁਰਸੀ ਪਿੱਛੇ ਝਗੜਾ ਵੱਧਦਾ 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 ਇੱਥੇ ਤੱਕ ਆ ਗਿਆ ਕਿ ਮੈਂ ਨਾ ਮਾਨੂੰ, ਹੁਣ ਤਾਂ ਜੇ ਦਊਂਗੇ ਕੁਰਸੀ ਤਾਂ ਹੀ ਆ, ਦੋਨੋਂ ਅੜੇ ਨੇ ਦੋਨਾਂ ਨੇ ਆਪਣਾ ਕਹਿ ਲਓ ਕਿ ਆਪਣਾ ਕੱਦ ਜਿਹੜਾ ਹੈਗਾ ਉਹ ਦਿਖਾਉਣਾ ਸ਼ੁਰੂ ਕੀਤਾ ਕਿ ਅਸੀਂ ਕਿੱਥੇ ਤੱਕ ਸੀਮਤ ਆ ਜਾਂ ਕਿੱਥੇ ਕਿੱਥੇ ਤੱਕ ਅਸੀਂ ਜਾ ਸਕਦੇ ਹਾਂ ਜਾਂ ਸਾਡੇ ਨਾਲ ਕੌਣ ਕੌਣ ਖੜਾ ਹੈ। ਉਹ ਗੱਲਾਂ ਜਿਹੜੀਆਂ ਹੁਣ ਮਹਿਸੂਸ ਹੁੰਦੀਆਂ ਨੇ, ਹੁਣ ਇੱਦਾਂ ਅੰਦਰ ਦੀ ਗੱਲ ਤਾਂ ਹੁਣ ਜਾਂ ਤਾਂ ਕਮੇਟੀ ਨੂੰ ਪਤਾ ਜਾਂ ਜਿਹੜੇ ਅੰਦਰ ਪੇਸ਼ ਹੋਏ ਨੇ ਬੰਦੇ ਉਹਨਾਂ ਨੂੰ ਪਤਾ, ਤੇ ਜਿਹੜੀ ਗੱਲ ਬਾਹਰ ਕੱਢਣ ਤੋਂ ਮਨਾ ਕੀਤਾ ਹਾਈਕਮਾਂਡ ਨੇ ਉਹ ਬਾਹਰ ਤਾਂ ਆ ਹੀ ਨਹੀਂ ਰਹੀ। ਸੋ ਅੱਜ ਦੀ ਜਿਹੜੀ ਗੱਲ ਹਰੀਸ਼ ਰਾਵਤ ਦੀ ਆਪਾਂ ਕਰਦੇ ਹਾਂ, ਤਾਂ ਹਰੀਸ਼ ਰਾਵਤ ਨੇ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੇ, ਖੈਰ ਇੱਕ ਗੱਲ ਉਹਨਾਂ ਦੇ ਬਿਆਨ ਦੀ ਆਪਾਂ ਵਿਚਾਰ ਲਈਏ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਏਦਾਂ ਨੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਡੈਡਲਾਈਨ ਦਿੱਤੀ ਹੈ, ਉਹ ਕਹਿੰਦੇ ਸਰਕਾਰ ਨੂੰ ਡੈਡਲਾਈਨ ਦਿੱਤੀ ਹੈ ਕਿ ਸਰਕਾਰ ਆਪਣਾ ਜਿਹੜਾ ਹੈਗਾ ਕੰਮ ਜਿਹੜੇ ਰਹਿੰਦੇ ਨੇ ਜਿਹਨਾਂ ਦੇ ਉੱਤੇ ਕੁਸ਼ਚਨ ਹੋ ਰਹੇ ਨੇ ਉਹਨਾਂ ਨੂੰ ਕੰਪਲੀਟ ਕਰੇ, ਲੋਕਾਂ ਨੂੰ ਭਰੋਸੇ 'ਚ ਲਵੇ। ਹਾਲਾਂਕਿ ਹਰੀਸ਼ ਰਾਵਤ ਨੂੰ ਜਦੋਂ ਪੁੱਛਿਆ ਕਿ ਕਿਤੇ ਨਾ ਕਿਤੇ ਸਰਕਾਰ ਨਾਕਾਮ ਰਹੀ ਹੈ, ਤਾਂ ਉਹਨਾਂ ਦਾ ਕਹਿਣਾ ਸੀ ਕਿ 95% ਵਾਅਦੇ ਤਾਂ ਪੂਰੇ ਕਰ ਚੁੱਕੇ ਹੈ, ਤੇ ਪੰਜਾਬ ਦੀ ਕਾਂਗਰਸ ਜਿਹੜੀ ਹੈਗੀ ਹੈ ਸਰਕਾਰ ਹੈ ਉਹ ਆਪਣੇ ਮਾਣ ਨਾਲੇ ਗੱਲ ਕਰ ਸਕਦੀ ਹੈ ਕਿ 95% ਵਾਅਦੇ ਉਹਨੇ ਪੂਰੇ ਕਰਤੇ। ਤੇ ਜਿਹੜੀਆਂ ਗੱਲਾਂ ਹੁਣ ਅੱਜ ਉਹਨਾਂ ਨੇ ਕੀਤੀਆਂ ਨੇ ਬਾਹਰ ਆ ਕੇ, ਉਹ ਕਹਿੰਦੇ ਵੀ ਜਿਹੜੀਆਂ ਸਰਕਾਰ ਦੇ ਉੱਤੇ ਉਂਗਲਾਂ ਉੱਠਦੀਆਂ ਨੇ, ਸਭ ਤੋਂ ਪਹਿਲਾਂ ਤਾਂ ਬਰਗਾੜੀ ਕਾਂਡ ਦਾ ਨਾਮ ਲਿਆ ਉਹਨਾਂ ਨੇ, ਬਰਗਾੜੀ ਕਾਂਡ ਦੇ ਵਿੱਚ ਜੋ ਹੋਇਆ ਉਹਦੇ ਬਾਰੇ ਚਰਚਾ ਹੋਈ ਆ, ਉਹਦੇ ਤੇ ਨਹੀਂ ਅਮਲ ਹੋਇਆ, ਤੋ ਗੱਲ ਤਾਂ ਸ਼ੁਰੂ ਹੀ ਇੱਥੋਂ ਸੀਗੀ ਜਦੋਂ ਸਰਕਾਰ ਬਣਨੀ ਆਈ ਬਣਨੀ ਸੀਗੀ, ਜਦੋਂ ਚੋਣਾਂ ਸੀਗੀਆਂ ਉਦੋਂ ਵੀ ਬਰਗਾੜੀ ਕਾਂਡ ਸੀਗਾ, ਤੇ ਅਕਾਲੀ ਦਲ ਨੇ ਸਰਕਾਰ ਖੋਈ ਸੀ ਉਦੋਂ ਵੀ ਬਰਗਾੜੀ ਕਾਂਡ ਸੀਗਾ, ਤੇ ਹੁਣ ਫੇਰ ਸਰਕਾਰ ਨੈਕਸਟ ਆਪਾਂ ਕਹਿ ਲਓ ਕਿ ਖਤਮ ਹੋਣ ਦੇ ਕੰਢੇ ਆ, ਟਰਮ ਇਹਨਾਂ ਦੀ ਕਾਂਗਰਸ ਦੀ ਹੁਣ ਵੀ ਬਰਗਾੜੀ ਕਾਂਡ ਹੀ ਆ, ਤੇ ਨੈਕਸਟ ਜਿਹੜੀਆਂ ਚੋਣਾਂ ਆਉਣੀਆਂ ਨੇ ਮੇਰੇ ਖਿਆਲ ਕੀਤੇ ਫੇਰ ਨਾ ਬਰਗਾੜੀ ਕਾਂਡ ਹੀ ਹੋ ਜੀ, ਬਰਗਾੜੀ ਕਾਂਡ ਦੇ ਨਾਂ ਦੇ ਉੱਤੇ ਫੇਰ ਵੋਟਾਂ ਲੈ ਲਓ ਜੀ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਅੱਜ ਕਲੀਅਰ ਹੋਣੀਆਂ ਸ਼ੁਰੂ ਹੋਈਆਂ ਨੇ ਕਿ ਇਹਨਾਂ 'ਤੇ ਇਹ ਕੰਮ ਹੋਇਆ ਹੀ ਨਹੀਂ। ਸਰਕਾਰ ਦੇ ਵਿੱਚ ਹੁਣ ਸਾਰੇ ਆਉਂਦੇ ਆ ਨਾ, ਸਰਕਾਰ ਨੂੰ CM ਠੀਕ ਹੈ ਅਗਵਾਈ ਕਰ ਰਿਹਾ, ਜੇ ਉਹ ਸੱਚੇ ਦਿਲੋਂ ਕਰਦੇ ਤਾਂ ਸਰਕਾਰ ਤਾਂ ਕਰ ਹੀ ਸਕਦੀ ਸੀ, ਸੱਚੇ ਦਿਲੋਂ ਤਾਂ ਕੀਤੇ ਨੀ, ਨੀਅਤ ਸਾਫ਼ ਨਹੀਂ ਸੀ। ਜਿਵੇਂ ਮੁੱਦੇ ਰੱਖ ਲਏ ਜਾਂਦੇ ਆ ਜਾਂ ਆਪਾਂ ਕਹਿ ਲਓ ਕਿ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲੱਗਦੇ ਹੀ ਹੈ ਕਿ ਮਹਿਲਾਂ 'ਚੋਂ ਨਿਕਲਦੇ ਨਹੀਂ, ਆਪਾਂ ਤਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੋਈ ਜਦੋਂ CM ਬਣਨਾ ਹੁੰਦਾ ਹੈ ਜਾਂ ਵੋਟਾਂ ਹੁੰਦੀਆਂ ਤਾਂ ਲੋਕਾਂ ਨੂੰ ਜੱਫੀਆਂ ਪਾਈ ਜਾਂਦੀਆਂ, ਅਦਰਵਾਈਜ਼ ਉੱਥੇ ਨੇੜੇ ਤੇੜੇ ਦੇ ਰਸਤੇ ਵੀ ਬੰਦ ਕਰੇ ਹੋਏ ਨੇ ਮੋਤੀ ਮਹਿਲ ਦੇ, ਜਿਹੜੇ ਉੱਥੇ ਨੇੜੇ ਰਹਿੰਦੇ ਨੇ ਰਿਹਾਇਸ਼ ਉਹਨਾਂ ਨੂੰ ਵੀ ਔਖਾ ਹੁੰਦਾ। ਚਲੋ ਆਪਾਂ ਇਸ ਗੱਲ 'ਚ ਨਾ ਜਾਈਏ, ਹਰੀਸ਼ ਰਾਵਤ ਨੇ ਜਿਹੜੇ ਮੁੱਦੇ ਚੁੱਕੇ ਨੇ ਉਹਨਾਂ ਦੇ ਵਿੱਚ ਇੱਕ ਤਾਂ ਹੀ ਆਇਆ ਬਰਗਾੜੀ ਕਾਂਡ ਆਇਆ, ਦੂਜਾ ਨਾਮ ਲਿਆ ਉਹਨਾਂ ਨੇ SC ਸਕਾਲਰਸ਼ਿਪ ਦਾ ਔਰ SC ਜਿਹੜੇ ਰਿਣ ਜਿਹੜੇ ਲੋਨ ਨੇ ਉਹਨਾਂ ਦਾ, SC ਗਰੀਬ ਬੰਦਿਆਂ ਦੇ ਲਈ, ਤੀਜਾ ਜਿਹੜਾ ਜਿਵੇਂ ਗਰੀਬ ਬੰਦਿਆਂ ਨੂੰ ਜਿਹੜਾ ਜ਼ਮੀਨ ਦੇ ਮਾਲਕਾਂ ਦਾ ਹੱਕ ਨੇ ਜਿਹੜੇ ਉਹ ਤਾਂ ਕਹਿ ਹੀ ਚੁੱਕਿਆ ਕੈਪਟਨ ਅਮਰਿੰਦਰ ਸਿੰਘ ਕਿ ਪੰਜਾਬ 'ਚ ਪਹਿਲਾ ਸੂਬਾ ਬਣਿਆ,
चौथी गल हुई है जिहड़ी उह सैंड माफिया ट्रांसपोर्ट माफिया ठीक है इन्हां गल्लां इन्हां इन्हां ते विचार चर्चा हुई है आही मुद्दे जिहड़े हैगे पंजाब दे लई पहिलां वी सी कि नशा हो गया ड्रग माफिया हो गया ते उह हुण गल अज जे हो रही है तां चोणां बणन तों पहिलां वी इही गल्लां सीगियां और आपां इक बार बार गल करदे आए हां अपने चैनल दे माध्यम राहीं कि जे आही चीज एक साल दे विच विच पहले साल च एम एल ए एम पी जां जिहड़े कैबिनेट मिनिस्टर बने हुए ने इन्होंने जे पहले साल दे विच ही संघी नप्पी हुंदी सरकार दी ते कैप्टन अमरिंदर सिंह नूं घेरिया हुंदा तां हुण इह सारे मसले हल होए हुंदे लोकां नूं राहत मिली हुंदी हुण आ के तां जिवें उत्थे क्वेश्चन उठिया ही है सारे पत्रकारां ने क्वेश्चन कीता है वी 4.5 निकल गए साल ते हुण तुसीं वी गल करन लगे हो इन्हां चीज़ां दी किते चोणां करके तां नहीं आही गल आपां कर देणे कि जी परविंदर जी इत्थे एक गल तो क्लीयर है ना जदों तुसीं कहिंदे हो कि किते चोणां करके तां नहीं लोक भी यही कहिंदे ने कि चोणां नूं लैके तां नहीं अगले 2022 दे विच सरकार बनाउण दी गल तां नहीं इह सारे इन्हां दे कांग्रेस दे लीडर हरीश रावत हो गए जां सुनील जाखड़ हो गए सारिआं नूं तकरीबन इसे गल का फिक्र है उह सारिआं नूं जदों कोई सवाल पुछदा पत्रकार तां जवाब यही दिंदे ने कि असीं चाहुंदे हां कि पंजाब दे विच कांग्रेस दी सरकार वापस किवें आवे पर इस गल ते कोई नहीं आंदा कि आखिरकार पंजाब दे विच कांग्रेस दी सरकार दोबारा आउण दे विच अड़िका किस गल ते आ रहा है जे 4.5 साल दे विच उस अड़िके नूं जिहड़ा उह लंघिया हुंदा कंप्लीट कीते हुंदे बाद इह उहनां सारे मसलिआं नूं समझिआ हुंदा तां शायद अज नौबत ना आंदी अज कैप्टन साहब नूं दिल्ली जा के हाजरियां ना लवाउणियां पैंदियां अज नवजोत सिंह सिद्धू उस तरीके नाल ना बोलदे जिस तरीके नाल अज कैप्टन साहब लई चुनौती बणी हुई है नहीं जी डेडलाइन देने की लोड़ ही नहीं सी अज भी तो डेडलाइन दी आ रही है जे हाई कमांड सच्ची मुची अज अज हुण कह रहे हाई कमांड ने अपने हत्थां च लै ली कमांड जी पहला किहदे हत्थ च सी इहदा मतलब तो यह है कि सरकार बन गई चुप हो के बैठ जाओ अपनी सरकार आ गई वो करन दो अगले बार जदों 4.5 साल निकल जाणगे फिर देखांगे की लैणा है ना की देना किवें किवें विचरना किहड़े वादे नवे रखने ने ਕਿਵੇਂ ਫਿਰ ਪਾਲਸੀ ਮੇਕਰ ਲੈ ਕੇ ਆਉਣੇ ਨੇ ਪ੍ਰਸ਼ਾਂਤ ਕਿਸ਼ੋਰ ਵਰਗੇ ਠੀਕ ਹੈ ਕਿਵੇਂ ਉਹਨਾਂ ਤੇ ਕਰੋੜਾਂ ਰੁਪਇਆ ਅਰਬਾਂ ਰੁਪਇਆ ਖਰਚ ਕਰਨਾ ਉਹ ਚੀਜ਼ਾਂ ਫਿਰ ਬਾਅਦ 'ਚ ਦੇਖੀਆਂ ਜਾਂਦੀਆਂ ਨੇ ਹੁਣ ਡੈਡਲਾਈਨ ਹਰੀਸ਼ ਰਾਵਤ ਕਹਿੰਦੇ ਡੈਡਲਾਈਨ ਦਿੱਤੀ ਸਰਕਾਰ ਨੂੰ ਤੇ ਇਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਜਾ ਕੇ ਜਿਹੜਾ ਪ੍ਰੈਸ ਕਾਨਫਰੰਸ ਰਾਹੀਂ ਦੱਸਣਗੇ ਠੀਕ ਹੈ ਹੁਣ ਡੈਡਲਾਈਨ ਦੇਣ ਦਾ ਮਤਲਬ ਕੀ ਹੈ ਹੁਣ ਹੁਣ ਚਲੋ ਅਸੀਂ ਫਿਰ ਵੀ ਵੈਲਕਮ ਕਰਦੇ ਹਾਂ ਆਮ ਲੋਕ ਹੈ ਆਪਾਂ ਵੈਲਕਮ ਕਰਦੇ ਹਾਂ ਕਿ ਚਲੋ ਜਾਗੇ ਕਿਸੇ ਤਰੀਕੇ ਨਾਲ ਜਾਗੇ ਨਾਲ ਗੱਲ ਇਹ ਕੀ ਹੈ ਕਿ ਲੋਕਾਂ ਨੂੰ ਭਰੋਸੇ 'ਚ ਲਓ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਲੋਕਾਂ ਨੂੰ ਭਰੋਸੇ 'ਚ ਲਓ ਹਾਲਾਂਕਿ ਦੇਖੋ ਕੈਪਟਨ ਅਮਰਿੰਦਰ ਸਿੰਘ ਨੂੰ ਰਾਹੁਲ ਮਿਲਿਆ ਨਹੀਂ ਰਾਹੁਲ ਗਾਂਧੀ ਨਾਲ ਮੀਟਿੰਗ ਉਹਨਾਂ ਦੀ ਹੋਈ ਨਹੀਂ ਕੋਈ ਅਤੇ ਵਾਪਸ ਆਉਣਾ ਪੈ ਗਿਆ ਪਰਤਣਾ ਪੈ ਗਿਆ ਅਤੇ ਕਮੇਟੀ ਨਾਲ ਗੱਲਬਾਤ ਹੋਈ ਹੈ ਬਾਕੀ ਬੰਦੇ ਰਾਹੁਲ ਨੂੰ ਜਿੱਦਾਂ ਜਿੱਦਾਂ ਮਿਲ ਰਹੇ ਨੇ ਅਤੇ ਇਹਦੇ ਬਾਰੇ ਵੀ ਹਰੀਸ਼ ਰਾਵਤ ਨੇ ਕਹਿ ਦਿੱਤਾ ਕਿ ਜਿੱਦਾਂ ਜਿਹੜੇ ਬੰਦੇ ਨੂੰ ਟਾਈਮ ਦਿੱਤਾ ਗਿਆ ਉਸਨੂੰ ਮਿਲਿਆ ਜਾ ਰਿਹਾ ਜਿਸ ਦੀ ਲੋੜ ਹੈਗੀ ਹੈ ਉਸਨੂੰ ਮਿਲਿਆ ਜਾ ਰਿਹਾ ਤੋਂ ਗੱਲਬਾਤ ਸੁਣੀ ਜਾ ਰਹੀ ਹੈ ਹਾਲਾਂਕਿ ਦੋਵੇਂ ਧਿਰਾਂ ਇੱਕ ਪਾਸਾ ਸਿੱਧੂ ਦਾ ਅਤੇ ਇੱਕ ਪਾਸਾ ਕੈਪਟਨ ਅਮਰਿੰਦਰ ਸਿੰਘ ਦੋਵੇਂ ਧਿਰਾਂ ਨੂੰ ਮਿਲਿਆ ਗਿਆ ਹੈ ਉਹਨਾਂ ਦੇ ਅੰਦਰ ਦੀਆਂ ਗੱਲਾਂ ਸੁਣੀਆਂ ਗਈਆਂ ਨੇ ਪਰ ਮਕਸਦ ਜਦੋਂ ਨਿਚੋੜ ਕੱਢਣਾ ਹੁੰਦਾ ਨਾ ਸੁਖਵਿੰਦਰ ਜੀ ਉੱਥੇ ਇਹੀ ਨਿਕਲਦਾ ਹੈ ਕਿ ਇਹ ਹੁਣ ਕਿਉਂ ਹੋ ਰਿਹਾ ਹੈ ਰੌਲਾ ਪਿਆ ਤਾਂ ਹੋ ਰਿਹਾ ਆਪਸ ਵਿੱਚ ਲੜ ਪਏ ਤਾਂ ਹੋ ਰਿਹਾ ਉਹ ਕਹਿੰਦਾ ਮੈਂ ਹੀ ਸੀਐਮ ਬਣਨਾ ਉਹ ਕਹਿੰਦਾ ਮੈਂ ਹੀ ਰਹਿਣਾ ਸੀਐਮ ਤਾਂ ਹੋ ਰਿਹਾ ਜਾਂ ਦੂਜੇ ਲੋਕ ਵੀ ਸੀਐਮ ਦੀ ਦੌੜ 'ਚ ਆ ਗਏ ਤਾਂ ਹੋ ਰਿਹਾ ਜੇ ਜਾਂ ਬਦਲਾਅ ਚਾਹੁੰਦੇ ਨੇ ਤਾਂ ਬਦਲਾਅ ਕੌਣ ਚਾਹੁੰਦਾ ਲੋਕ ਚਾਹੁੰਦੇ ਨੇ ਤਾਂ ਹੋ ਰਿਹਾ ਜਾਂ ਜਾਂ ਇਹ ਇਹਨਾਂ ਦੇ ਆਪਣੇ ਕਾਂਗਰਸੀ ਚਾਹੁੰਦੇ ਨੇ ਤਾਂ ਹੋ ਰਿਹਾ ਤਾਂ ਹਾਈਕਮਾਂਡ ਸੁੱਤੀ ਜਾਗ ਰਹੀ ਹੈ ਕੀ ਲੋਕਾਂ ਦੀ ਕਦੇ ਪਰਵਾਹ ਹੀ ਨਹੀਂ ਕਰਦੇ ਹੋਰ ਨਾ ਸੀਐਮ ਕਰੇ ਨਾ ਇਹਨਾਂ ਦੇ ਐਮ ਪੀ ਕਰਨ ਨਾ ਇਹਨਾਂ ਦੇ ਕੈਬਨਿਟ ਕਰੇ ਨਾ ਐਮ ਐਲ ਏ ਕਰਨ ਅਤੇ ਨਾ ਹੀ ਹਾਈਕਮਾਂਡ ਕਰੇ ਹੈ ਨਾ ਇਹਦੇ 5 ਸਾਲ ਐਸ਼ ਕਰੋ ਅੱਗੇ ਪਿੱਛੇ ਗੱਡੀਆਂ ਦੇ ਦੌੜਾਓ ਆਪਣੇ ਗਾਰਡ ਦੌੜਾਓ ਭੱਜ ਕੇ ਤਾਕੀਆਂ ਖੋਲਣ ਹੈ ਏ ਸੀਆਂ 'ਚ ਬੈਠੋ ਘੁੰਮੋ ਫਿਰੋ ਐਸ਼ ਕਰੋ ਬਾਹਰ ਜਾਓ ਜਿਵੇਂ ਮਰਜ਼ੀ ਲੋਕਾਂ ਦੇ ਪੈਸੇ 'ਤੇ ਲੋਕਾਂ ਦੀ ਪਰਵਾਹ ਨਹੀਂ ਹੁਣ ਇੰਨੇ ਕੁ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਸਾਰੇ ਮਸਲੇ ਹੱਲ ਹੋ ਜਾਣਗੇ ਬਿਲਕੁਲ ਜੇ ਕੈਪਟਨ ਅਮਰਿੰਦਰ ਸਿੰਘ ਹਾਂ ਕਰਕੇ ਵੀ ਆ ਗਏ ਇੰਨੇ ਸਮੇਂ ਥੋੜੇ ਦੇ ਵਿੱਚ ਇਹ ਸਾਰੇ ਮਸਲੇ ਹੱਲ ਹੋ ਜਾਣਗੇ ਜੇ ਹੁੰਦੇ ਤਾਂ ਪਹਿਲੇ ਸਾਲ ਕਿਉਂ ਨਹੀਂ ਕਰਵਾਏ ਗਏ ਇਸ ਗੱਲ ਦਾ ਜਵਾਬ ਕੌਣ ਦੇਗਾ ਕੌਣ ਜ਼ਿੰਮੇਵਾਰ ਆ ਜੀ ਇਸ ਗੱਲ ਤੇ ਵੀ ਹੁੰਦੀ ਹੈ ਕਿ ਜਦੋਂ ਇਹ ਬਿਜਲੀ ਸਮਝੌਤਿਆਂ ਦੀ ਗੱਲ ਕਰਦੇ ਨੇ ਹੁਣ ਇਹ ਕਹਿੰਦੇ ਕਿ 200 ਯੂਨਿਟ ਜਿਹੜੀ ਹੈ ਉਹ ਅਸੀਂ ਲੋਕਾਂ ਨੂੰ ਸਹੂਲਤ ਦੇਣ ਦੇ ਬਾਰੇ ਸੋਚ ਰਹੇ ਹਾਂ ਕਿ ਫ੍ਰੀ ਦੇ ਦਿੱਤੀ ਜਾਵੇ ਸ਼ਹਿਰੀ ਖੇਤਰ ਦੇ ਲੋਕ ਕਹਿੰਦੇ ਨੇ ਕਿ ਤੁਸੀਂ ਪੇਂਡੂ ਖੇਤਰ ਦੇ ਵਿੱਚ ਬੜੀਆਂ ਰਿਆਇਤਾਂ ਦਿੱਤੀਆਂ ਬਿਜਲੀ ਨੂੰ ਲੈ ਕੇ ਪਰ ਜਿਹੜੇ ਸਮਝੌਤੇ ਹੋਏ ਸੀ ਬਿਜਲੀ ਨੂੰ ਲੈ ਕੇ ਉਹਨਾਂ ਉੱਤੇ ਵਾਈਟ ਪੇਪਰ ਜਾਂ ਉਹਨਾਂ ਦੇ ਬਾਰੇ ਉਹ ਕਹਿੰਦੇ ਉਹ ਕਾਨੂੰਨੀ ਪੱਖ ਦੇਖਿਆ ਜਾਏਗਾ
ਜਦੋਂ ਬੇਅਦਬੀ ਵਾਲੇ ਮਸਲਿਆਂ ਦੀ ਗੱਲ ਹੁੰਦੀ ਹੈ, ਸਵਾਲ ਹੁੰਦਾ ਹੈ ਤਾਂ ਉਹ ਕਹਿੰਦੇ ਅਸੀਂ ਡੈਡਲਾਈਨ ਤਾਂ ਦਿੱਤੀ ਹੈ ਪਰ ਫਿਰ ਵੀ ਇੱਕ ਕਾਨੂੰਨੀ ਪੱਖ ਹੈ ਉਹ ਦੇਖਿਆ ਜਾਏਗਾ। ਇਹ ਕਾਨੂੰਨੀ ਪੱਖ 4.5 ਸਾਲ ਤੋਂ ਕਿਉਂ ਨਹੀਂ ਦੇਖਿਆ ਗਿਆ, ਇਹ ਵੀ ਸਵਾਲ ਖੜਾ ਹੁੰਦਾ। ਹੋਰ ਵੀ ਬੜੇ ਮਸਲੇ, ਜੇ ਮਾਈਨਿੰਗ ਮਾਫੀਆ ਤੇ ਗੱਲ ਹੁੰਦੀ ਹੈ ਉਹਨਾਂ ਨਾਲ, ਰੇਤ ਮਾਫੀਆ ਦੇ ਉੱਤੇ, ਟਰਾਂਸਪੋਰਟ ਮਾਫੀਆ ਦੇ ਉੱਤੇ, ਤਾਂ ਉਹ ਕਹਿੰਦੇ ਹਾਲੇ ਵੀ ਬਹੁਤ ਕੁਝ ਇਹੋ ਜਿਹਾ ਜਿਹਦੇ ਉੱਤੇ ਥੋੜੀ ਵਿਚਾਰ ਕਰਨ ਦੀ ਜ਼ਰੂਰਤ ਹੈ। ਡੈਡਲਾਈਨ ਤਾਂ ਦਿੱਤੀ ਹੈ ਪਰ ਗੱਲ ਇਹ ਵੀ ਡੈਡਲਾਈਨ ਹੈ ਕਦੋਂ ਤੱਕ ਦੀ, ਕਿ ਸਿਰਫ ਵੋਟਾਂ ਤੱਕ ਦੀ ਹੈ, ਵੋਟਾਂ ਤੱਕ ਸੀਮਤ ਹੈ ਕਿ ਵੋਟਾਂ ਹੋਣ ਤੇ ਸਾਡੇ ਹੱਕ ਦੇ ਵਿੱਚ ਜੇ ਵੋਟਿੰਗ ਹੁੰਦੀ ਹੈ ਤਾਂ ਅਸੀਂ ਉਸ ਤੋਂ ਬਾਅਦ ਫੇਰ ਇਹ ਫੈਸਲੇ ਇਹੋ ਜਿਹੇ ਲਿਆ ਸਕਦੇ ਨੇ ਕਿ ਜੀ ਸਰਕਾਰ ਦੇ ਖਜ਼ਾਨੇ ਨੂੰ ਬਹੁਤ ਜ਼ਰੂਰਤ ਹੈ ਇਸ ਕਰਕੇ ਸਾਡੇ ਉੱਤੇ ਲੋਡ ਪੈਂਦਾ ਹੈ ਤੇ ਸਾਨੂੰ ਕਰਜ਼ਾ ਲੈਣ ਦੀ ਲੋੜ ਹੈ, ਜਾਂ ਤਾਂ ਪੰਜਾਬ ਸਿਰ ਕਰਜ਼ਾ ਚੜੇਗਾ ਜਾਂ ਫਿਰ ਲੋਕਾਂ ਦੀਆਂ ਜੇਬਾਂ ਨੂੰ ਹੌਲਾ ਕਰਨਾ ਪਏਗਾ। ਨਹੀਂ ਨਹੀਂ ਪੰਜਾਬ ਸਿਰ ਤਾਂ ਕਰਜ਼ਾ ਚੜੇ ਹੀ ਹੈ, ਹੋਰ ਚੜਨਾ ਹੈ, ਚੜਾਉਣਾ ਹੀ ਹੈ ਇਹਨਾਂ ਨੇ ਤਾਂ। ਆ ਜਿਹੜੀਆਂ ਰਾਇਤਾਂ ਦੇਣੀਆਂ ਨੇ ਇਹ ਥੋੜੀ ਅੱਗੇ ਰੈਵਨਿਊ ਪੈਦਾ ਕੀਤਾ ਜਾਵੇ, ਕ੍ਰੀਏਟ ਕੀਤਾ ਜਾਵੇ, ਕੋਈ ਪ੍ਰੋਡਕਟ ਇੱਥੇ ਦੇ ਜਾਂ ਕੋਈ ਉਦਯੋਗ ਜਾਂ ਕੋਈ ਕਿਸ ਤਰ੍ਹਾਂ ਦਾ ਕੋਈ ਪੋਲਿਸੀਆਂ ਇੱਦਾਂ ਦੀਆਂ ਹੋਣ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇ, ਕੋਈ ਉਹਨਾਂ ਦੀ ਜੇਬ ਦਾ ਜਿਹੜਾ ਉਹਦੇ ਤੇ ਵਾਧੂ ਭਾਰ ਪੈਂਦਾ, ਬੋਝ ਪੈਂਦਾ ਜੇਬ ਦੇ ਉੱਤੇ, ਉਹਨੂੰ ਘਟਾਇਆ ਜਾਵੇ, ਇਹ ਤਾਂ ਹੈ ਹੀ ਨਹੀਂ। ਇੱਦਾਂ ਦੀ ਪੋਲਿਸੀ ਕਿੱਥੇ ਹੈ? 200 ਯੂਨਿਟ ਮਾਫ਼ ਕਰ ਦੇਣਗੇ, ਠੀਕ ਹੈ ਕਿਤੇ ਰਾਹਤ ਮਿਲ ਸਕਦੀ ਹੈ ਲੋਕਾਂ ਨੂੰ, ਲੇਕਿਨ ਉਹ ਪੈਸਾ ਜਿਹੜਾ ਕੱਢਣਾ ਇਹਨਾਂ ਨੇ ਉਹ ਕਿੱਥੋਂ ਲੈਣਗੇ? ਜਿਹੜਾ ਵਾਧੂ ਬੋਝ ਖਜ਼ਾਨੇ ਤੇ ਪਊਗਾ ਉਹ ਕਿੱਥੋਂ ਲੈ ਜਾਣਾ? ਇਸ ਬਾਰੇ ਕੋਈ ਪੋਲਿਸੀ ਨਹੀਂ। ਹੁਣ ਸਰਕਾਰੀ ਨੀਤੀ ਕਹਿੰਦੇ ਜੀ ਬਦਰੀ ਤੇ ਬਣਾਵਾਂਗੇ, ਰੇਤ ਮਾਫੀਏ ਨੂੰ ਅਸੀਂ ਉਹਦਾ ਲੱਕ ਭੰਨਾਂਗੇ ਤੇ ਉਹ ਇੱਕ ਪੋਲਿਸੀ ਬਣੇਗੀ ਸਰਕਾਰ ਦੀ, ਗੌਰਮੈਂਟ ਦੀ ਆਪਣੇ ਅੰਡਰ ਲਊਗੀ, ਕਦੋਂ ਲਊਗੀ? ਆਹੀ ਚੀਜ਼ ਆਪਾਂ ਇਹੀ ਗੱਲ ਕਰਦੇ, ਪਹਿਲਾਂ ਕਿਉਂ ਨਹੀਂ ਲਈ ਸੀ? ਠੀਕ ਹੈ ਚਲੋ ਲਓ, ਕਦੋਂ ਕਿੰਨਾ ਟਾਈਮ ਲੱਗੂਗਾ? ਇਸ ਬਾਰੇ ਹਰੀਸ਼ ਰਾਵਤ ਨੇ ਕੁਛ ਨਹੀਂ ਕਿਹਾ। ਜਿਹੜੀ ਡੈਡਲਾਈਨ ਤੁਸੀਂ ਪੁੱਛੀ ਹੈ ਕਿੰਨੇ ਸਮੇਂ ਦੀ ਆ, ਉੱਥੇ ਵੀ ਕੁਸ਼ਚਨ ਉੱਠਿਆ ਸੀਗਾ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਭਾਈ ਇਹ ਡੈਡਲਾਈਨ ਤਾਂ ਦੱਸੋ, ਉੱਥੋਂ ਟਲ ਗਏ ਉਹ ਹੋਰ ਪਾਸੇ ਨੂੰ ਲੈ ਗਏ ਗੱਲ ਨੂੰ, ਉਹ ਚੀਜ਼ ਨਹੀਂ ਦੱਸੀ ਹੈ ਕਦੋਂ ਤੱਕ ਹੈ, ਲੇਕਿਨ ਲੋਕਾਂ ਨੂੰ ਦੱਸਤਾ ਵੀ ਡੈਡਲਾਈਨ ਦੇ ਤੀ, ਡੈਡਲਾਈਨ ਦੇ ਤੀ, ਕੈਪਟਨ ਨੂੰ ਡੈਡਲਾਈਨ ਦੇਣੀ, ਹੋਰ ਪਾਸੇ ਚਲੇ ਜਾਣਗੇ ਲੋਕ, ਹੋਰ ਪਾਸੇ ਉਹਨਾਂ ਦਾ ਦਿਮਾਗ ਹੈ ਜਿਹੜਾ ਮੁੱਦਿਆਂ ਤੋਂ ਭਟਕ ਜਾਏਗਾ। ਠੀਕ ਹੈ, ਟਰਾਂਸਪੋਰਟ ਦਾ ਕਿਹਾ, ਕਹਿੰਦੇ ਟਰਾਂਸਪੋਰਟ ਤੇ ਅਸੀਂ ਕਹਿ ਦਿਓ ਗੋਡੇ ਦਾ ਭੰਨ ਤੇ, ਕਹਿੰਦੇ ਟਰਾਂਸਪੋਰਟ ਮਾਫੀਏ ਦੇ, ਹੁਣ ਹੋਰ ਨੀਤੀ ਲੈ ਕੇ ਆਵਾਂਗੇ। ਜਿਹੜੇ ਨੇ ਜਿਹਨਾਂ ਨੇ ਕਮਾਈ ਕਰਨੀ ਸੀ ਤਾਂ ਕਰਕੇ, ਜਿਹਨਾਂ ਨੇ ਕਮਾਈਆਂ ਕਰਨੀਆਂ ਸੀਗੀਆਂ ਸਰਕਾਰ ਬਦਲਣ ਦੇ, ਜਦੋਂ ਆਸ ਸੀ ਲੋਕਾਂ ਨੂੰ ਕਿ ਇਹ ਚੀਜ਼ਾਂ ਹੋਣਗੀਆਂ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਸੈਂਡ ਮਾਫੀਆ, ਡਰੱਗ ਮਾਫੀਆ, ਸਾਰੇ ਮਾਫੀਆ, ਕਿਹੜਾ ਬੰਦ ਹੋਇਆ, ਕਿੱਥੇ ਘਟਿਆ? ਪਰ ਗੱਲ ਸਿਰਫ ਇੰਨੀ ਕਹਿ ਕੇ ਹੁਣ ਆ ਕੇ ਤੁਸੀਂ ਡੈਡਲਾਈਨ ਵੀ ਨਹੀਂ ਸ਼ੋਅ ਕਰ ਰਹੇ, ਕਿਹੜੀ ਡੈਡਲਾਈਨ? ਤੁਸੀਂ ਕਾਰਵਾਈ ਕੋਈ ਨਹੀਂ ਸ਼ੋਅ ਕਰ ਰਹੇ, ਕੀ ਕਾਰਵਾਈ ਹੈ? ਪ੍ਰੈਸ ਕਾਨਫਰੰਸ ਦੇ ਵਿੱਚ ਦੇਖਦੇ ਹਾਂ ਕੈਪਟਨ ਅਮਰਿੰਦਰ ਸਿੰਘ ਕੀ ਦੱਸਦੇ ਨੇ, ਕਿੱਦਾਂ ਉਹਨਾਂ ਕਿੱਦਾਂ ਉਹ ਇਹਨੂੰ ਨੱਥ ਪਾਉਣਗੇ, ਤੇ ਜੇ ਕੁਸ਼ਚਨ ਕੋਈ ਕਰੇਗਾ ਉੱਥੇ ਤਾਂ ਇਹ ਵੀ ਹੋਰ ਉੱਠੇਗਾ ਕੁਸ਼ਚਨ ਵੀ ਹੁਣ ਤੱਕ ਕਿਉਂ ਨਹੀਂ ਕੀਤਾ? ਆ ਪਿੱਛੇ ਜਿਹੜਾ ਹੁਣ ਜੇ ਹਾਈਕਮਾਂਡ ਨੇ ਕਹਿ ਤਾ ਕੰਮ ਕਰੋ ਤਾਂ ਕਰੋ, ਜੇ ਹਾਈਕਮਾਂਡ ਨੇ ਕਿਹਾ ਚੁੱਪ ਕਰਕੇ ਬੈਠੋ ਐਸ਼ ਕਰੋ ਤਾਂ ਐਸ਼ ਕਰੋ, ਹਨਾ, ਮਤਲਬ ਲੋਕਾਂ ਦੀ ਕੋਈ ਪਰਵਾਹ ਨਹੀਂ ਕਿਸੇ ਨੂੰ। ਹੁਣ ਵੀ ਹਾਈਕਮਾਂਡ ਦਾ ਹੀ ਚੱਲ ਰਿਹਾ ਸਾਰਾ ਕੁਛ, ਕਿਸੇ ਨੂੰ ਕੋਈ ਕਹਿੰਦੇ ਚੁੱਪ ਕਰ ਜਾਓ, ਪ੍ਰੈਸ 'ਚ ਨਹੀਂ ਦੱਸਣਾ, ਗੱਲ ਨਹੀਂ ਕਰਨੀ, ਪੋਸਟਰ ਨਹੀਂ ਲਾਣੇ, ਬਿਆਨਬਾਜ਼ੀ ਨਹੀਂ ਕਰਨੀ, ਸਾਰੀਆਂ ਗੱਲਾਂ ਸਾਰੇ ਮੰਨ ਰਹੇ ਨੇ ਹਾਈਕਮਾਂਡ ਦੀ। ਬਿਲਕੁਲ ਬਿਲਕੁਲ। ਦੂਜੀ ਗੱਲ ਪਰਮਿੰਦਰ ਜੀ ਇਹ 'ਚ ਵੀ ਖਾਸ ਹੈ ਨਾ ਕਿ ਜਦੋਂ ਅਸੀਂ ਨਸ਼ਿਆਂ ਦੇ ਮੁੱਦੇ ਦੀ ਗੱਲ ਕਰਦੇ ਹਾਂ, ਸਵਾਲ ਹੁੰਦੇ ਨੇ ਹਰੀਸ਼ ਰਾਵਤ ਹੋਣੀ ਕਹਿੰਦੇ ਕਿ ਬਹੁਤ ਕੰਮ ਕੀਤਾ ਨਸ਼ਿਆਂ ਦੇ ਉੱਤੇ, ਹੁਣ ਅੱਗੋਂ ਵੀ ਅਸੀਂ ਜਿਹੜਾ ਜੋ ਉਹਨਾਂ ਨੂੰ ਕਿਹਾ ਗਿਆ 18 ਉਹਨਾਂ ਨੁਕਤਿਆਂ ਦੇ ਵਿੱਚ ਕਿ ਇਹਦੇ ਉੱਤੇ ਵੀ ਕੰਮ ਕਰੋ, ਨਸ਼ਿਆਂ ਨੂੰ ਲੈ ਕੇ ਜਿਹੜੀ ਲਗਾਮ ਕੱਸਣੀ ਆ, ਇਹ ਲਗਾਮ ਸਿਰਫ ਕੁਝ ਕੁ ਲੀਡਰਾਂ ਦੀ ਕੱਸਣੀ ਹੈ ਜਿਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ, ਜਾਂ ਫਿਰ ਨਸ਼ੇ ਦੀ ਲਗਾਮ ਕੱਸਣੀ ਹੈ ਜਿਹੜੀ ਚਾਹੀਦੀ ਹੈ? ਸਵਾਲ ਤਾਂ ਇੱਥੇ ਪੈਦਾ ਹੁੰਦਾ ਨਾ ਕਿ ਨਸ਼ਾ ਆ ਕਿੱਥੋਂ ਰਿਹਾ, ਕਿਵੇਂ ਕਿਵੇਂ ਵੰਡਿਆ ਜਾ ਰਿਹਾ, ਉਹਦੇ ਵਿੱਚ ਕਿਵੇਂ ਜਿਹੜਾ ਉਹ ਪੋਲੀਟੀਕਲੀ ਤੇ ਜਿਹੜਾ ਪੁਲਿਸ ਦਾ ਨੈਕਸਸ ਆ ਉਹ ਕਿਸ ਤਰ੍ਹਾਂ ਜੁੜਿਆ, ਅਫਸਰਸ਼ਾਹੀ ਨੂੰ ਕਿੱਦਾਂ ਲਗਾਮ ਪਾਉਣੀ ਆ, ਉਹਦੇ ਉੱਤੇ ਗੱਲਬਾਤ ਕਿਉਂ ਨਹੀਂ, ਉਹਦੇ ਉੱਤੇ ਕਿਉਂ ਨਹੀਂ ਲੈ ਕੇ ਆਉਂਦੇ ਕਿ ਅਸੀਂ ਇਸ ਤਰ੍ਹਾਂ ਕਰਕੇ ਥਾਣਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੋਕ ਇਲਜ਼ਾਮ ਲਾਉਂਦੇ ਨੇ ਕਿ ਪੁਲਿਸ ਜਿਹੜੀ ਆ ਉਹ ਰਲੀ ਹੋਈ ਹੈ, ਇਹ ਸਾਰਾ ਕੁਝ ਰਲੀ ਮਿਲੀ ਭੁਗਤ ਦੇ ਨਾਲ ਸਭ ਕੁਝ ਚੱਲ ਰਿਹਾ, ਉਧਰਲੇ ਪਾਸੇ ਕਿਉਂ ਨਹੀਂ ਉਹ ਚੋਰ ਮੋੜੀਆਂ ਕਿਉਂ ਨਹੀਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ? ਜਿਹੜੀ ਉਹਦਾ ਹਰ ਜਵਾਬ ਤਾਂ ਤੁਸੀਂ ਦੇ ਹੀ ਦਿੱਤਾ ਵੀ ਰਲੇ ਹੋਏ ਨੇ, ਜਿਵੇਂ ਕਹਿ ਦਿੰਦੇ ਕੁੱਤੀ ਯਾਰ ਚੋਰ ਰਲਿਆ ਹੋਇਆ, ਉਹ ਚੀਜ਼ ਹੈ ਨਾ। ਆ ਪਟਿਆਲੇ ਦੇ ਵਿੱਚ ਹੁਣ ਅੱਜ ਫੇਰ ਖਬਰਾਂ ਦੇ ਤੁਸੀਂ ਦੇਖੀ ਕੁਛ ਨਕਲੀ ਸ਼ਰਾਬ ਬਣਾਉਣ ਦੀ ਫੈਕਟਰੀ ਫੜੀ ਹੈ, ਪਟਿਆਲਾ ਸੀਐਮ ਦਾ ਸ਼ਹਿਰ ਹੋਵੇ ਤੇ ਪੁਲਿਸ ਨੂੰ ਪਤਾ ਨਾ ਹੋਵੇ, ਉਹ ਬੰਦਾ ਜਿਹੜਾ ਫੜਿਆ ਗਿਆ ਕਹਿੰਦੇ ਪਹਿਲਾਂ ਹੀ 12 ਨਜਾਇਜ਼ ਸ਼ਰਾਬ ਦੇ 12 ਪਰਚੇ ਦਰਜ ਨੇ ਨਜਾਇਜ਼ ਸ਼ਰਾਬ ਕਰਕੇ ਸਮਗਲਿੰਗ ਦੇ, ਤੇ ਫੇਰ ਆ ਕੇ ਉਹਨੇ ਫੈਕਟਰੀ ਲਾ ਲਈ, ਪਹਿਲਾਂ ਸਮਗਲਿੰਗ ਕਰਦਾ ਸੀ ਹੁਣ ਫੈਕਟਰੀ ਲਾਈ, ਫੈਕਟਰੀਆਂ ਵੀ 3 ਥਾਵੇਂ ਲਾਈਆਂ, ਤੇ ਪੁਲਿਸ ਅੱਜ ਉਹਨੂੰ ਅਰੈਸਟ ਕਰ ਰਹੀ ਹੈ, ਬਾਹਰ ਆ ਕੇ ਫੇਰ ਲੱਗ ਜਾਣ। ਪਹਿਲਾਂ ਵੀ 2 ਫੈਕਟਰੀਆਂ ਫੜੀਆਂ ਗਈਆਂ ਰਾਜਪੁਰੇ ਪਟਿਆਲੇ ਦੇ ਵਿੱਚ, ਜ਼ਿਲ੍ਹੇ ਦੇ ਪਟਿਆਲੇ ਦੇ ਵਿੱਚ, ਸੀਐਮ ਦਾ ਸ਼ਹਿਰ ਹੋ ਗਏ ਕੈਪਟਨ ਅਮਰਿੰਦਰ ਦਾ, ਤੇ ਰਾਜਪੁਰੇ ਦੇ ਨੇੜੇ ਤੇੜੇ ਆ ਘਨੌਰਾ ਹਲਕੇ ਦੇ ਵਿੱਚ ਇੱਥੇ ਵੀ ਫੈਕਟਰੀਆਂ ਫੜੀਆਂ ਗਈਆਂ ਨੇ, ਇੱਥੇ ਦੇ MLA ਨੂੰ ਪਤਾ ਹੀ ਨਹੀਂ, ਇਹ ਕਾਹਦੇ MLA ਨੇ?
मतलब कहने का भाव है कि ऐदा किवें हो सकता है, एक स्कूल का प्रिंसीपल होंदा तां स्कूल दे प्रिंसीपल नूं स्कूल बारे नहीं पता, इन्ने बच्चे होंदे ने, ठीक है। ते जे आपां कहीए कि किसे ग्रुप का कोई बंदा मोहरी है मुखी है तां उहनूं उस ग्रुप बारे नहीं पता होगा की गतिविधि हो रही है, कित्थे हो रही है, किवें हो रही है, ते एमएलए किवें चुप कर दिंदे ने, सानूं तां पता नहीं जी तुहाडा काम की है, हुण तुसीं कहिड़ी नशे नूं तुसीं किवें रोकोगे, आह परचे देख लो तुसीं किन्ने हर हलके दे विच थाने दे विच चौकिया दे विच आरटीआई पा के लोग परचे कढ़ा लैणे, किन्ने लोगों के उत्ते नशा समगलिंग के केस दर्ज होए ने, कि उन्हां दे की तह तक गया गया, उन्हां दी जमानत हो गई, घरे बाहर बैठे ने, दोबारा कोई उन्हां ते दबिश कीती गई, उन्हां नूं फड़िया गया, कित्थों लैके आया, कित्थे किने ने लाया सीगा, कुछ नहीं पता, हलके दे एमएलए नूं पुछया गया, लोग पुछ रहे ने भी भाई आखो जो जो लोग कोई फट के पुलिस नूं दिंदे तां उल्टा लोगों के उत्ते पुलिस चढ़ जाती है कि तुसीं किवें फड़ लिया, मतलब कहने का भाव है पिछों सपोर्ट सपोर्ट होंगी है, पिछों रलिया होंगे माफिया के नाल बंदा, ए नहीं है किवें हो सकता है, एक एमएलए बिठाओ कोई सियाणा बंदा कोई पत्ता भी हिल के दिखा दे, पुलिस ऐ किवें काम कर दूगी। बिल्कुल, एक गल तो परमिंदर जी क्लीयर है ना कि लोग जो चाहन तो बहुत कुछ जो बदलाव हो सकता है, जो विरोधी पार्टियां भी सियासी इच्छा शक्ति उन्होंने ईमानदारी के नाल अगे आउण, जिवें हुण विरोध किया तो जिहड़े एमएलए कहिंदे फतेह जंग सिंह बाजवा के पुत्र ने नौकरी का उन्हों ऐलान किया गया, सरकार कहिंदी पुलिस च भर्ती करना, उन्होंने हरीश रावत ने दस्सिया कि वह हुण नौकरी नहीं लैणगे, हालांकि राकेश पांडे का पुत्र लैणगे जिन्होंने नायब तहसीलदार लाना है, वह लैणगे जां नहीं लैणगे इहदे बारे क्लीयर नहीं, पर पार्टी के उत्ते प्रैशर बनिया, पार्टी ने भी महसूस किया कि फैसला गलत लिया गया, कैप्टन साहब तो हाले भी नहीं मानते कि गलत लिया गया, प्रताप सिंह बाजवा मनप्रीत बादल ते सुनील जाखड़ भी मिलकर आए हैं, जाखड़ साहब ने भी बड़े पुरजोर तरीके विरोधता की है, बाजवा साहब के तो अपने भरा ही ने फतेह जंग सिंह बाजवा, उन्होंने तो करनी हुई है परिवार च मसला जो उठा, की कुछ सुनील जाखड़ उन्होंने बहर आके क्लीयर किया इस मसले लैके। पहला ए दो गलतियां ने, पहला तो जो लोग दबा जी गल की लोगों के दबा, सुखविंदर जी लोग डरते ने, लोगों के अंदर इन्होंने दहशत इन्नी पाई हुई है, खासकर जिम्मे आप कह दें पुलिस राज है, वह गल है किसी इन्ना क दबाव पाता है कि आम बंदा तो उच्ची बोल ही नहीं सकता, तुम देखा कि जो जो करोना काल चलिया ये कोई आम बंदा जो कोई जरूरी काम कई बंद वो जो अपने फादर जिन्होंने हार्ट का पेशेंट फादर से दवाई लैन गया वो कटाई कर दी है ना, वो दस भी रहा परची भी दिखा रहा भी मैं देखो मैं दवाई लैन जा रहा, वह कुटिया बेचारा बंदा, लेकिन आ रैलियां करते रहे ने इन ये मीटिंग करते रहे ने, और मास्क इन्हों के मूँह से नहीं होंगे कि परचा होया, ये इन्ना क दबाव पाता लोगों दबण के लिए उन्होंने अंदर अंदर कर देंगे परचे देते, इतों तक कि पुलिस हिरासत में लै लेंदी है तो दो तीन तीन दिन बाद अरैसट पाती है, अज तक किसी ने यह नहीं पूछा कि सही तरीके उत्थे कितों अरैसट पई है, अरैसट कितों कराया जाता बंदा तो पाई जाती है कितों, ये चीज़ा सारिया जिन्हें है सुखविंदर जी, ये लोगों उन्होंने अंदर डर का माहौल पैदा कर दया ने, कोई उन्होंने बंदा फड़ा जाए मिनट च बहर आ जाता है, तो जे जे कोई आम बंदा फड़ा जाए वह पंद्रह मिनट बाद बेचारा लंगड़ा तुरै आता है अंदरों, उन्होंने कोई पूछा नहीं जाता तेरा सच्ची मुची वह कसूर हैगा सी जिन्हें, सो ये चीज़ा इन वरत्या जाता है, पोलीटिकल जोड़े बंद ने पोलीटिशन होंगे ने वो इन चीज़ों को वरतते हैं, वो अपने उन्होंने पता होंगे कि साडा गुनाह ना कितने बाहर आ जाए, लोग कट्ठे ना हो जाए, लोग कित साढ़े घर च दबिश ना देन, लोग कित विरुद्ध बगावत ना कर, लोग कित सच न सामने लिया लग जा, तो वह चीज़ा करके ये लोगों को डरा के रखते हैं, दूजी गल जी कि जाखड़ उन्होंने बोले अज बोलना पे उन्होंने, वो पहला भी बोल सकते थी एक पहला मंत्री दे पहला भी तो एक मंत्री के चेहते उन्होंने परिवार के नौकरी दी गई डी एस पी लाया गया है, उदो कोई नहीं बोलिया, हूँ अज लोग बोले अच कट्ठे हुए लोगों ने दबा हेठ जाखड़ भी बोलना पे जाखड़ ने इतों तक कहता कि गलत सलाह दे रहे सी एम सी एम एडा आप कह लो कि आप कह सकते कि मूर्ख बंदा बनाता तुम बी जी जिन्हों बाकी माड़े सलाहकार मिल गए वो अपने चमचागिरी करके पंजाब के लोगों का ही बुरा कराई जाते हैं, ठीक है, वो मतलब कहने का भाव यही है कि अपने गलों लाने वास्ते गल कह भी देनी है तो मड़ भी होर सिर दे देनी है ना भी लै देना बरी भी हो जाना, जी गल करनी होंगी ना आप कहने कि टका के गल करिए अज तक कोई कर ही नहीं पाया, हूँ भी अज भी दबवी आवाज के सारा कुछ कहा जाता है, ये नहीं कहा जाता कि कैप्टन ने अमरिंदर ने ऐ किया कैप्टन अमरिंदर ने ऐ करता, ऐदा कोई नहीं कह रहा,
ਜੇ ਕੋਈ ਰੌਲਾ ਪਾਏਗਾ ਤਾਂ ਸਿਰਫ ਆਪਣੀ ਕੁਰਸੀ ਨਹੀਂ ਪਾਏਗਾ। ਉਹਨਾਂ ਨੇ ਕਿਹਾ ਕਿ ਫਤਿਹ ਸਿੰਘ ਬਾਜਵਾ ਨੇ ਜਿਹੜਾ ਕਹਿ ਤਾਂ ਕਿ ਥੈਂਕਸ ਕਰਕੇ, ਜਿਵੇਂ ਰਵੀਸ਼ ਨੇ ਵੀ ਕਿਹਾ ਵੀ ਧੰਨਵਾਦ ਤੁਸੀਂ ਸਾਨੂੰ ਨੌਕਰੀ ਦਿੱਤੀ, ਪਰ ਉਹ ਲੈਣਗੇ ਨਹੀਂ। ਇਹ ਰਾਕੇਸ਼ ਪਾਂਡੇ ਬਾਰੇ ਪਤਾ ਨਹੀਂ ਹਲੇ ਉਹ ਕਲੀਅਰ ਨਹੀਂ ਕਰ ਪਾਏ ਵੀ ਲੈਣੀ ਹੈ ਕਿ ਨਹੀਂ। ਲੋਕਾਂ ਦਾ ਜੇ ਇਕੱਠ ਹੋਏਗਾ, ਲੋਕਾਂ ਦਾ ਦਬਾਅ ਹੋਏਗਾ ਤਾਂ ਵੱਡੇ ਵੱਡੇ ਫੈਸਲੇ, ਲੋਕਤੰਤਰ ਇਸ ਨੂੰ ਤਾਂ ਕਹਿੰਦੇ, ਜੇ ਸਰਕਾਰਾਂ ਬਣਾਉਣ ਜਾਣ ਤਾਂ ਸਰਕਾਰਾਂ ਡਿੱਗਣਾ ਵੀ ਇਹਨਾਂ ਦੇ ਹੱਥ ਹੀ ਹੁੰਦਾ ਨਾ। ਜੇ ਅੱਜ ਦਿੱਲੀ ਦੇ ਵਿੱਚ ਬੈਠੇ ਨੇ ਤੇ ਦਬਾਅ ਤਾਂ ਬਣਿਆ ਹੋਇਆ ਨਾ ਸਰਕਾਰ ਦੇ ਉੱਤੇ। ਜੇ ਨਾ ਦਬਾਅ ਹੁੰਦਾ, ਲੋਕਾਂ ਦੀ ਪਰਵਾਹ ਨਾ ਹੁੰਦੀ, ਹੁਣ ਨੂੰ ਕਦੋਂ ਦਾ ਉਠਾ ਦਿੰਦੇ ਉਹ? ਉਹਨਾਂ ਨੂੰ ਪਤਾ ਜੇ ਇਹਨਾਂ ਨੂੰ ਛੇੜਾਂਗੇ ਹੁਣ, ਕੋਈ ਇਹਨਾਂ ਦੇ ਉੱਤੇ ਸਖਤੀ ਵਰਤਾਂਗੇ ਜਾਂ ਕੁਛ ਹੋਰ ਕਰਾਂਗੇ ਤਾਂ ਪੂਰੇ ਦੇਸ਼ ਦੇ ਵਿੱਚ ਕਹਿ ਦਓ ਵੀ ਪਲਟਾ ਖਾਜੂ ਰਾਜ, ਭਾਜਪਾ ਨੂੰ ਕਿਤੇ ਕਿਤੇ ਸਰਕਾਰ ਬਣਾਉਣ ਦਾ ਮੌਕਾ ਨਹੀਂ ਮਿਲਣਾ। ਦਬਾਅ ਤਾਂ ਇਸੇ ਨੂੰ ਕਹਿੰਦੇ ਨਾ, ਦਬ ਕੇ ਰਹਿਣਾ ਜੀ। ਗੱਲ ਤਾਂ ਇਹ ਹੈ ਨਾ ਕਿ ਜੇ ਇਹਦੇ ਨਾਲ ਹੀ ਕਿਤੇ ਸਵਾਲ ਇਹ ਵੀ ਇਹਨਾਂ ਤੋਂ ਪੁੱਛਿਆ ਜਾਵੇ ਕਿ ਤੁਸੀਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੇ ਲਈ ਕੀ ਕੀਤਾ, ਜੇ ਤੁਸੀਂ MLA's ਦੇ ਪੁੱਤਰਾਂ ਨੂੰ ਤਰਸ ਦੇ ਆਧਾਰ ਤੇ ਅੱਜ ਨੌਕਰੀਆਂ ਦੇਣ ਦੀ ਗੱਲ ਕਰਦੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਬੇਰੁਜ਼ਗਾਰੀ ਹੈਗੀ ਆ। ਜੇ ਉਹਨਾਂ ਨੂੰ ਨੌਕਰੀ ਨਹੀਂ ਮਿਲੀ, ਤੁਸੀਂ ਉਹਨਾਂ ਨੂੰ ਨੌਕਰੀ ਤਰਸ ਦੇ ਆਧਾਰ ਤੇ ਦੇ ਰਹੇ ਹੋ, ਜਿਹੜੇ ਬਾਕੀ ਬੇਰੁਜ਼ਗਾਰ ਬੈਠੇ ਨੇ ਪੜ੍ਹ ਲਿਖ ਕੇ ਆਪਣੇ ਘਰਾਂ ਦੇ ਵਿੱਚ, ਕੋਈ ਦਿਹਾੜੀਆਂ ਲਾ ਰਿਹਾ, ਕੋਈ ਝੋਨਾ ਲਾ ਰਿਹਾ, ਜਿਹਦੀ ਕੋਈ ਵੀਡੀਓ ਮਾੜੀ ਮੋਟੀ ਵਾਇਰਲ ਹੋ ਗਈ ਉਹਨੂੰ ਕੈਪਟਨ ਸਾਹਿਬ ਸ਼ਾਇਦ ਕਿਤੇ ਉਹਦੀ ਬਾਂਹ ਫੜ ਲੈਣ, ਅਦਰਵਾਈਜ਼ ਧਿਆਨ ਤਾਂ ਜਾਂਦਾ ਹੀ ਨਹੀਂ। ਉਹ ਕਹਿੰਦੇ ਅਸੀਂ ਤਾਂ ਪਹਿਲਾਂ ਲਿਸਟਾਂ ਦੇਖ ਰਹੇ ਸੀ ਕਿ ਸ਼ਾਇਦ ਕਿਸੇ ਹੋਰ ਪਾਰਟੀ ਦਾ ਕੋਈ ਲੀਡਰ ਦਾ ਪੁੱਤਰ ਜਾਂ ਪੋਤਾ ਜਾਂ ਉਸ ਪਾਰਟੀ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਹੋਵੇ ਜਿਹਦੀ ਕੋਈ ਪੰਜਾਬ ਦੇ ਪ੍ਰਤੀ ਕੋਈ ਸ਼ਹਾਦਤ ਹੋਵੇ, ਉਹਨੂੰ ਦੇਖ ਕੇ ਅਸੀਂ ਉਹਨਾਂ ਨੂੰ ਨੌਕਰੀ ਦੇ ਦਈਏ। ਪਰ ਜੇ ਇਹ ਉਹਨਾਂ ਨੂੰ ਇਹਨਾਂ ਨੂੰ ਮਿਲ ਜਾਂਦਾ ਤਾਂ ਇਹਨਾਂ ਨੇ ਉਹਨੂੰ ਵੀ ਦੇਖ ਕੇ ਫਿਰ ਬਹਾਨਾ ਬਣਾ ਲੈਣਾ ਸੀ ਕਿ ਤੁਹਾਡੇ ਨੂੰ ਵੀ ਦਿੱਤੀ ਹੈ, ਅਸੀਂ ਆਪਣੇ ਨੂੰ ਵੀ ਦਿੱਤੀ ਹੈ, ਕਿਰਤ ਇਸ ਕਰਕੇ ਕਿਉਂਕਿ ਆਪਣੇ ਨੂੰ ਦਿੱਤੀ ਹੈ। ਪਰ ਪਰਮਿੰਦਰ ਜੀ ਹੁਣ ਅਗਲੀ ਖਬਰ ਦੀ ਅਸੀਂ ਗੱਲ ਕਰਦੇ ਹਾਂ, ਕਾਫੀ ਗੱਲਬਾਤ ਹੋਈ ਹੈ ਇਸ ਮਸਲੇ ਦੇ ਉੱਤੇ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਮੰਨਦੇ ਹੋ ਕਿ ਕਾਂਗਰਸ ਹਾਈਕਮਾਂਡ ਕੁਝ ਸੀਰੀਅਸ ਹੈ ਜਾਂ ਸਿੱਧੂ ਦੇ ਜਿਹੜੇ ਇਲਜ਼ਾਮ ਨੇ ਉਹਨਾਂ ਨੂੰ ਸੀਰੀਅਸ ਲਿਆ ਜਾ ਰਿਹਾ, ਜਾਂ ਸਿੱਧੂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹਰ ਰੋਜ਼ ਵੈਸੇ ਗੱਲ ਹੁੰਦੀ ਹੈ ਕਿ ਕਿਤੇ ਨਾ ਕਿਤੇ ਫਿੱਟ ਕੀਤਾ ਜਾਏਗਾ, ਸਿਰਫ ਫਿੱਟ ਕੀਤਾ ਜਾਏਗਾ ਮਤਲਬ ਕਿ ਮੁੱਖ ਮੰਤਰੀ ਦਾ ਚਿਹਰਾ ਨਹੀਂ, ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਸਕੂਨ ਜਿਹੜਾ ਇੱਕ ਸਬਰ ਕਰਨ ਦੇ ਲਈ ਕਿਹਾ ਜਾਏਗਾ ਕਿ ਤੁਹਾਨੂੰ ਇੱਥੇ ਬਿਠਾ ਦਿੱਤਾ ਜਾਂਦਾ। ਸੁਖਵਿੰਦਰ ਜੀ ਇਹਦੇ ਵਿੱਚ ਕਾਫੀ ਗੱਲਾਂ ਨੇ, ਜੇ ਆਪਾਂ ਸੋਚ ਵਿਚਾਰ ਕਰੀਏ ਤਾਂ ਇਹਦੇ ਵਿੱਚ ਇਹੀ ਗੱਲ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਦੇਖਿਆ ਜਾਵੇ ਕਿ ਲੜਾਈ ਪੰਜਾਬ ਦੇ ਮੁੱਦਿਆਂ ਦੀ ਹੈ ਜਾਂ ਲੜਾਈ ਕੁਰਸੀ ਦੀ ਹੈ। ਜੇ ਕੁਰਸੀ ਦੀ ਲੜਾਈ ਹੈ ਤਾਂ ਹਾਈਕਮਾਂਡ ਤਾਂ ਇਹੀ ਚਾਹੇਗੀ ਕਿ ਜਿਸ ਫੇਸ ਨਾਲ ਆਪਾਂ ਗੱਲਾਂ ਕਾਫੀ ਵਾਰ ਕਰ ਚੁੱਕੇ ਹਾਂ ਵੀ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਅਸੀਂ ਤਾਂ ਉਹਨੂੰ ਲੈ ਕੇ ਆਵਾਂਗੇ। ਇਹ ਉਹਨਾਂ ਦਾ ਏਜੰਡਾ ਹੈ, ਇਹ ਉਹਨਾਂ ਨੂੰ ਸਰਕਾਰ ਚਾਹੀਦੀ ਹੈ, MP ਚਾਹੀਦੇ ਨੇ ਜਿਤਨੇ ਉਹਨਾਂ ਨੇ ਆਪਣੇ ਦਿੱਲੀ ਦੇ ਵਿੱਚ ਵੀ ਸਰਕਾਰ ਬਣਾਉਣੀ ਦਿੱਤੀ ਹੈ ਤੇ ਉਹਦੇ ਤੇ ਬੈਠਣਾ ਹੈ। ਉਹ ਚੀਜ਼ ਇਹੀ ਚਾਹੁੰਦੇ ਨੇ, ਉਹ ਕੋਈ ਵੀ ਹੋ ਸਕਦਾ ਹੈ, ਆਪਾਂ ਇਹ ਗੱਲ ਕਲੀਅਰ ਕਰ ਚੁੱਕੇ ਹਾਂ, ਕੋਈ ਵੀ ਹੋ ਸਕਦਾ, ABC ਕੋਈ ਕਾਂਗਰਸ ਦਾ ਕੋਈ ਬੰਦਾ ਹੋ ਜਾਵੇ, ਸਿੱਧੂ ਹੋ ਜਾਵੇ, ਕੈਪਟਨ ਹੋ ਜਾਵੇ, ਜਾਖੜ ਹੋ ਜਾਵੇ, ਪ੍ਰਤਾਪ ਸਿੰਘ ਬਾਜਵਾ ਹੋ ਜਾਣ, ਜੇ ਕੋਈ ਨਵਾਂ ਬੰਦਾ ਆ ਜਾਵੇ ਕੱਲ ਨੂੰ, ਕੋਈ ਬਾਹਰੋਂ ਲਿਆ ਕੇ ਕਰ ਦੇਣ, ਜਿਹਤੋਂ ਪਤਾ ਲੱਗੇ ਕਿ ਕਾਂਗਰਸ ਪੰਜਾਬ ਦੇ ਵਿੱਚ ਸੱਤਾ ਬਣਾਉਣ ਜਾ ਰਹੀ ਹੈ, ਇਸ ਫੇਸ ਨਾਲ ਬਣਾਏਗੀ ਤਾਂ ਕਿਸੇ ਨੂੰ ਵੀ ਮੌਕਾ ਦੇ ਸਕਦੇ ਹਾਂ, ਇੱਕ ਗੱਲ। ਦੂਜੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ ਜੇ ਫੇਰ ਬਦਲ ਕਰਦੇ ਹੈ ਤਾਂ ਪੰਜਾਬ ਨੂੰ ਮੁੱਖ ਰੱਖ ਕੇ ਦੇਖਿਆ ਜਾਵੇ ਤਾਂ ਪੂਰੇ ਦੇਸ਼ ਦੇ ਵਿੱਚ ਕੀ ਉਹ ਬਦਲਾਅ ਜ਼ਰੂਰੀ ਨਹੀਂ ਹੋਜੂ ਕਾਂਗਰਸ ਲਈ? ਕਾਂਗਰਸ ਜੇ ਪੰਜਾਬ ਤੋਂ ਰਾਹ ਖੋਲਦੀ ਹੈ ਤੇ ਬਾਕੀ ਤਾਂ ਪਹਿਲਾਂ ਵਿਰੋਧ ਹੋ ਰਿਹਾ ਉੱਥੇ ਦਾ, ਉਹ ਕਹਿੰਦੇ ਸੋਨੀਆ ਨੂੰ ਹਟਾਓ, ਕਹਿੰਦਾ ਰਾਹੁਲ ਨੂੰ ਹਟਾਓ, ਰਾਹੁਲ ਕਾਬਲ ਨਹੀਂ ਹੈਗਾ, ਕਹਿੰਦਾ ਜੇ ਨਵੇਂ ਬੰਦਿਆਂ ਨੂੰ ਮੌਕਾ ਦਿਓ, ਤਾਂ ਜਿਹੜੀ ਇਹ ਬਗਾਵਤ ਹੋਏਗੀ ਇਹਨੂੰ ਥੰਮਣਾ ਕਿੰਨਾ ਕੁ ਸੌਖਾ ਰਹੇਗਾ ਰਾਹੁਲ ਦੇ ਲਈ ਜਾਂ ਸੋਨੀਆ ਗਾਂਧੀ ਦੇ ਲਈ? ਕਿਉਂਕਿ ਗਾਂਧੀ ਪਰਿਵਾਰ ਦੇ ਵਿਰੁੱਧ ਹੁਣ ਸਾਰਾ ਕੁਝ ਹੋਣ ਲੱਗ ਗਿਆ, ਏਜੰਡੇ ਸਫਾਬੰਦੀ ਹੋਣ ਲੱਗ ਗਈ, ਏਜੰਡੇ ਆ ਗਏ ਨਵੇਂ ਨਵੇਂ ਤੇ ਆਵਾਜ਼ਾਂ ਵੀ ਉੱਠ ਰਹੀਆਂ ਨੇ, ਤੁਸੀਂ ਦੇਖ ਰਹੇ ਹੋ ਦੂਜੇ ਸਟੇਟਸ ਦੇ ਵਿੱਚ, ਦੇਖੇ ਹੀ ਹੈ ਤੁਸੀਂ, ਜਿਹੜੇ ਕਾਂਗਰਸੀ ਨੇ, ਨੌਜਵਾਨ ਨੇ ਜਾਂ ਦੂਜੇ ਨੇ, ਉਹ ਮੰਗਦੇ ਨੇ ਹੁਣ ਵੀ ਸਾਨੂੰ ਰਾਹ ਦਿਓ, ਸਾਨੂੰ ਅੱਗੇ ਆਉਣ ਦਿਓ। ਤੇ ਇਹ ਜੇ ਸ਼ੁਰੂਆਤ ਇੱਥੋਂ ਹੁੰਦੀ ਹੈ ਤਾਂ ਇਹ ਵੀ ਦੇਖਣਾ ਪਊਗਾ ਨਾ ਹਾਈਕਮਾਂਡ ਨੂੰ ਕਿ ਇਹ ਸ਼ੁਰੂਆਤ ਕਿੱਥੇ ਤੱਕ ਜਾਂਦੀ ਹੈ, ਸਾਡੇ ਲਈ ਕਿੰਨੇ ਫਾਇਦੇਮੰਦ ਹੈ, ਸਾਡੇ ਲਈ ਕਿੰਨੇ ਦੇ ਨੁਕਸਾਨ ਦੇ, ਕਿਹੜੀਆਂ ਕਿਹੜੇ ਸਟੇਟਾਂ ਦੇ ਇਹਦਾ ਪ੍ਰਭਾਵ ਪਊਗਾ, ਕਿਹੜੇ ਕਿਹੜੇ ਬੰਦਿਆਂ ਦੇ ਪ੍ਰਭਾਵ ਪਊਗਾ, ਕਿਹੜੇ ਸੀਨੀਅਰ ਲੀਡਰ ਰੁੱਸਣਗੇ, ਕਿਹੜੇ ਨਵੇਂ ਬੰਦੇ ਆ ਜਿਹੜੇ ਨਵੇਂ ਚਿਹਰੇ ਆ ਉਹਨਾਂ ਨੂੰ ਲੈ ਕੇ ਆਇਆ ਜਾਵੇ, ਤੇ ਕਿੰਨਾ ਸਟੇਟਾਂ ਦੇ ਵਿੱਚ, ਕਿੰਨੀਆਂ ਸਟੇਟਾਂ ਦੇ ਵਿੱਚ ਅਸੀਂ ਜਿੱਤ ਹਾਸਲ ਕਰ ਸਕਦੇ ਹਾਂ, ਇਕੱਲੇ ਪੰਜਾਬ ਥੋੜੀ ਦੇਖਣਗੇ। ਇਹ ਵੀ ਹੈਗਾ ਕਿ ਪੰਜਾਬ ਤੋਂ ਪੰਜਾਬ ਜਿੱਤਦੇ ਕਿਤੇ ਹੋਰ ਨਾ ਸਟੇਟਾਂ 'ਚ ਨੁਕਸਾਨ ਕਰਾ ਕੇ ਬਹਿ ਜਾਣ, ਉਹ ਵੀ ਇਹਨਾਂ ਨੇ ਪੜਚੋਲ ਤਾਂ ਕਰਨੀ ਹੈ। ਆਪਾਂ ਤਾਂ ਜਿਹੜਾ ਇੱਕ ਨਜ਼ਰੀਆ ਸਾਡਾ ਸੀ ਪੰਜਾਬੀ ਹੋਣ ਕਰਕੇ ਪੰਜਾਬ ਤੱਕ ਫੋਕਸ ਰੱਖਦੇ ਹਾਂ ਨਾ, ਜਦੋਂ ਦਿੱਲੀ ਦੇ ਵਿੱਚ ਕਮਾਂਡ ਬੈਠੀ ਹੈ ਤਾਂ ਦਿੱਲੀ ਨੇ ਤਾਂ ਸਾਰਾ ਕੁਛ ਦੇਖਣਾ, ਉਹਦੇ ਪ੍ਰਭਾਵ ਦੇਖਣੇ ਆ ਕਿ ਪੰਜਾਬ ਦੇ ਵਿੱਚੋਂ ਇਹ, ਜਿਵੇਂ ਹੁਣ ਆਪਾਂ ਪੱਛਮੀ ਬੰਗਾਲ ਦੀ ਗੱਲ ਕਰਦੇ ਹਾਂ, ਮਮਤਾ ਬੈਨਰਜੀ ਦੀ ਗੱਲ ਕਰਦੇ ਹਾਂ, ਵੀ ਉਹ ਜਿੱਤੀ ਤਾਂ ਉਹਦਾ ਇੱਕ ਹੁਣ ਸਾਰੇ ਦੇਸ਼ ਦੇ ਵਿੱਚ ਇੱਕ ਤਰ੍ਹਾਂ
फैली है ना गल कि ममता ने कली ने भाजपा हराई नरेंद्र मोदी हराता। तो यह भी है कि जे ममता बैनर्जी बाकी स्टेटा के फिर जाती है इदा रैलियां कर दें तो काफ़ी हद तक नुकसान करेगी तो बाकी पार्टियां हो सकता कई थावां ते सरकार भी बना जाए रली मिली। इदा का प्रभाव जिहड़ा है ये हाईकमांड अपने सर्वेखण करवाती है देखती है बाकी लीडर नाल गलबात करती है स्टेट्स दियां उत्थे दियां प्रॉब्लम्स दा पार्टी अंदर दियां जिहड़ियां होंदियां ने वह देखती है उन्हां नूं मद्देनज़र रखते हुए इदा का फैसला लैंदी है। यह है कि हर एक स्टेट के हरेक बंदे दे फेस दे उत्ते चेहरे दे उत्ते चोण लड़ी जाती है पार्टी दियां नीतियां होंदियां ने वह पार्टी नीति लोगों दीतियां नहीं बचारिया जा बचारिया जा जो चोन मैनि मैनीफेस्टो बनते हैं पार्टिया के उन्होंने पहला हल कराया जाता चोन मैनीफेस्टो तो 50 साल चलो हूँ तक चंडीगढ़ का मुद्दा जी पंजाबी बोलते इलाकों का मुद्दा जी पंजाब के पानिया का मुद्दा जी 84 का मुद्दा जी कितने ने किड़े ने हल किए ने तो ये इस करके ये चीज़ा सारिया जीडिया है सुखविंदर जी ये देख के ही फैसला होना है पंजाब का भी पंजाब के भविख का भी जो कांग्रेस का भविख कह लो आप भविख तो हाले भी डामांडोल है कोई याद भी जी बिल्कुल 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 भविंदर जी अगली खबर की गल करते हैं कि भाजपा जी है वह हूँ अपनी जी पछाण बना जी पंजाब के साख गवा चुकी है उन्होंने संभालने के लिए थोड़ा जा कहते चोणों दियारियां लगी है तो सिख जिहड़े चेहरे ने उन्होंने शामिल करने तों बाद हुण जिहड़ियां प्राप्तियां कहिंदे असीं सिखां दे लई जो कुछ कीता आ उहनूं अपनी प्राप्ति मन्नदे ने ते उहदे किताबचे छाप के कि मोदी साहब ने आह कीता मोदी साहब ने उह कीता उह किताब के छाप के जिहड़े किताबचे उह वंडे जाणगे कहिंदे पंजाब दे विच शायद कुछ वंड वी दित्ते हुणे तैयारियां चल रहीआं इस सभ नूं लै के की लगदा है इहदे नाल की सिख कल्ले सिखां नूं सिर्फ वोट बैंक बना के इन्हों वालों सियासत खेली जा रही है जंजियों समझे क्योंकि पंजाब के कले सिख तो है नहीं हिंदू भाईचारा भी है दलित भाईचारा भी है हर फिरके लोग ने इन्ह सारे समझ की बजाय सिर्फ सिखा कैश करने लगे ने नहीं इतने जित भाजपा का एजेंडा सुखविंदर जी ये होंगे कि जिते जी कौम ज्यादा है जिंकी वोट ज्यादा कैश करो तुम मोदी देखा नहीं शायद देखा ही आई टीवी के उत्ते देखिया नहीं कदे पग पहन ली कदे टोपी पहन ली कदे हरा दुमाला ला लिया कदे कुछ ला लिया तुम देखिया नहीं जिथे जिथे जाते हैं जिदा के होंगे उदा का माहौल बना के उदा के पोशाक बना के उस कम्यूनिटी में जाके खुश करने की गल करते हैं तो पंजाब के वोटर ज्यादा सिख कम्यूनिटी संबंधित ने जे जे एक पहली तो गल चलो आप गल कर दी जे कोई किताब वंट रहे हैं तो शुक्र है कितने चे कि जी किताबा सची मुची किताबा तो दूर कर गया पंजाबियों पंजाब की नौजवानी कि पढ़न लग जाए चलो इसे बहाने एक नंबर दो नंबर दो यही गल है कि जी अडवाणी ने किताब लिखी है वह भी भाजपा का वह भी नाल वंट देन फिर 84 बारे जरा लिखा कि मैं असी उ मजबूर किया इंदिरा गांधी को वह भी नाल वंट देन दो चार पेज छाप के क्यों लुका ने वह भाजपा नहीं है तो जो क्ढन मो अडवाणी भाजपा चो बे असी तो कड़ता वो उन्हें सिखा बारे इदा गल की सी इस मामले से असी बाहर कड़ता भाजपा तो यह गला वोटर भरमाण वास्ते ही ने की प्राप्तियां ने लांघे की गल करेगा करतारपुर साहब लांघे की गल की हो मोदी ने खोलिया तो मोदी ने खुलवाया तो होर तो कोई इदा का कुछ है नहीं जो सरकार ने किया हो सिखा असी इदा सिखा वास्ते की कर सगों होर डाके मार रहे ने सिखा दे गुरु घर के गोरखा दे दो जी सोना दे दो जी कोरोना का बहाना ला के करना तो की सी सिखा दे अज सब तो वध सिख बैठे ने उत्थे बॉर्डर ते वह भी किताब च छापन अंदोलन करवाया जी एडा लंबा अंदोलन चलिया जी उत्थे असीं सड़क पट्टियां जी उन्होंने डांगा मारियां ये भी दसन लोग किसानी सब तो मुद्दा किसानी का वड्डा मुद्दा है सब तो धंधा है सब तो वड्डा धंधा पंजाब दे लोकां दा किसानी है सब तो वध सिख किसान है ते ओ दसन भी असीं गला घुटिया किवें तो ये चीज़ा वंड के आप कह लो जिवें तुसीं कह सकदे हो कि सिख चेहरे लिया के एक भरमाउण दा ही यतन हैगा एजेंडा तो इन्हां दा अपना है लागू तो उन्होंने उही करवाउणा है जो उन्हां दा एजेंडा है जो पिछे आर एस एस है जां बीजेपी एच पी है जिहड़े भी हैगे ने जथेबंदियां उन्होंने अपने एजेंडे लागू करने ने बंदे अगे ला लैंदे ने 84 ਦੇ ਵੇਲੇ ਕੀ ਹੋਇਆ ਅਟੈਕ ਕਰਨ ਵਾਲਾ ਕੌਣ ਸੀਗਾ ਜਿਹਨੂੰ ਕਮਾਂਡ ਦਿੱਤੀ ਗਈ ਸੀ
ਤੋ ਏਦਾਂ ਸਾਰੇ ਪਾਸੇ ਬੰਦੇ ਅੱਗੇ ਲਾਏ ਜਾਂਦੇ ਉਹਨੂੰ ਦੇਖਿਆ ਜਾਂਦਾ ਕਿ ਇਸ ਬੰਦੇ ਤੇ ਭਰੋਸਾ ਕਰਨਗੇ ਇਹਨਾਂ ਦੀ ਕਮਿਊਨਿਟੀ ਦਾ ਇਹਨੂੰ ਅੱਗੇ ਲਾਓ ਉਹਦੇ ਤੋਂ ਕੰਮ ਆਪਣਾ ਕਰਵਾਓ ਠੀਕ ਹੈ ਜੀ ਉਹ ਸਾਰਾ ਕੁਛ ਇੱਥੇ ਵੀ ਵਾਪਰ ਰਿਹਾ ਪੰਜਾਬ ਦੇ ਵਿੱਚ ਵੀ ਤੇ ਪੈਰ ਜਮਾਉਣ ਦੀ ਕੋਸ਼ਿਸ਼ ਕਹਿ ਸਕਦੇ ਹਾਂ ਆਖਿਰਕਾਰ ਇਹਦਾ ਨਿਬੇੜਾ ਕਿੱਥੇ ਜਾ ਕੇ ਹੋਣਾ ਨਵਜੋਤ ਸਿੰਘ ਸਿੱਧੂ ਤੇ ਨਜ਼ਰਾਂ ਇਸ ਲਈ ਟਿਕੀਆਂ ਨੇ ਕਿਉਂਕਿ ਸਿੱਧੂ ਤੋਂ ਉਮੀਦਾਂ ਤਾਂ ਹੈਗੀਆਂ ਨੇ ਪਰ ਜਦੋਂ ਸਿੱਧੂ ਹਾਈਕਮਾਨ ਦੇ ਹੱਥ ਫੈਸਲੇ ਦੀ ਗੱਲ ਕਰਦੇ ਨੇ ਤਾਂ ਥੋੜਾ ਉੱਥੇ ਜਿਹੜੇ ਸਿੱਧੂ ਦੇ ਸਮਰਥਕ ਨੇ ਉਹਨਾਂ ਦੇ ਵਿੱਚ ਨਾਰਾਜ਼ਗੀ ਵੀ ਹੁੰਦੀ ਹੈ ਕਿ ਜੇ ਹਾਈਕਮਾਨ ਨੇ ਸਿੱਧੂ ਨੂੰ ਕੁਝ ਨਾ ਦਿੱਤਾ ਤਾਂ ਸਿੱਧੂ ਦੀ ਜਿਹੜੀ ਖੁੱਲ੍ਹ ਕੇ ਅਸੀਂ ਸਪੋਰਟ ਕਰ ਰਹੇ ਹਾਂ ਉਹਦਾ ਕੀ ਬਣੇਗਾ, ਕੀ ਬਾਅਦ ਦੇ ਵਿੱਚ ਕਿਤੇ ਬਦਲਾਖੋਰੀ ਦੀ ਸਿਆਸਤ ਨਾ ਹੋ ਜੇ ਜੇ ਸਿੱਧੂ ਦੀ ਥਾਂ ਦੇ ਦੁਆਰਾ ਫਿਰ ਕੈਪਟਨ ਸਾਹਿਬ ਵਾਪਸੀ ਕਰ ਜਾਂਦੇ ਨੇ ਤਾਂ ਕੀ ਬਣੇਗਾ ਜਿਹੜੇ ਅੱਜ ਸਿੱਧੂ ਦੀ ਸਪੋਰਟ ਕਰ ਰਹੇ ਨੇ। ਬਹੁਤ ਕੁਝ ਇਹੋ ਜਿਹੜਾ ਕਾਂਗਰਸ ਦੇ ਵਿੱਚ ਜਾਂ ਭਾਜਪਾ ਦੇ ਵਿੱਚ ਖਲਾਰਾ ਪੈਂਦਾ ਨਜ਼ਰ ਆ ਰਿਹਾ। 2022 ਨੂੰ ਲੈ ਕੇ ਤੁਸੀਂ ਆਪਣੇ ਸਵਾਲ ਆਪਣੇ ਜਵਾਬ ਕਮੈਂਟ ਜ਼ਰੂਰ ਕਰਿਓ ਤਾਂ ਕਿ ਪੰਜਾਬ ਦੀ ਸਥਿਤੀ ਬਾਰੇ ਹੋਰ ਥੋੜਾ ਪਤਾ ਲੱਗ ਸਕੇ ਕਿ ਆਖਿਰਕਾਰ 2022 ਦੇ ਆਉਣ ਤੱਕ ਲੋਕਾਂ ਦਾ ਮਨ ਕੀ ਕਹਿੰਦਾ ਹੈ ਕਿ 22 ਦੇ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਹੋਵੇ, ਪੰਜਾਬ ਕੀ ਚਾਹੁੰਦਾ ਹੈ, ਪੰਜਾਬੀ ਕੀ ਚਾਹੁੰਦੇ ਨੇ। ਮੈਨੂੰ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ, ਲੋਕ ਰਾਣੀ ਚੈਨਲ ਪੰਜਾਬੀ ਸਬਸਕ੍ਰਾਈਬ ਕਰੋ। ਧੰਨਵਾਦ।